ਦਰਸ਼ਕੋ ਅੱਜ ਅਸ ਬਿਸ਼ਨਾ ਕਸਬੇ ਤੋਂ ਥੋੜੀ ਜਿਹੀ ਦੂਰੀ 'ਤੇ ਸਥਿਤ ਗਰਾ ਨੋਗਰਾ ਇਹਦੇ ਤੇ ਆਂਦੇ ਹੀ ਸਾਨੂੰ ਇਹ ਦੋ ਸਿਆਣੇ ਬਜ਼ੁਰਗ ਮਿਲੇ ਗਰਾں ਦੇ ਜਿਹੜੇ ਬੈਠੀ ਆਪੂ 'ਚ ਸਲਾਹ ਕੋਈ ਗੱਪਸ਼ਪ ਮਾਰਾ ਰਹੇ ਤੇ ਆਓ ਇਹਦੇ ਕੋਲ ਜਾਣਦੇ ਆ ਕਿ ਦੇਸ਼ ਦਾ ਪ੍ਰਧਾਨ ਮੰਤਰੀ ਬਣਿਆ ਲਾਹੁਣ ਕੁਛ ਦੇ ਚ ਕਿਹੜਾ ਪ੍ਰਧਾਨ ਮੰਤਰੀ ਇਹ ਨਹੀਂ ਲੱਗਦਾ ਕਿ ਸਹੀ ਹੋਣਾ ਚਾਹੀਦਾ ਤੁਹੀ ਕਿ ਲੱਗਦਾ ਕੋਣ ਪ੍ਰਧਾਨ ਮੰਤਰੀ ਅਗਲਾ ਹੋਣਾ ਚਾਹੀਦਾ ਭਾਈ ਮੇ ਤਾਂ ਮੋਦੀ ਜੀ ਗਾ ਭਾਈ ਮੋਦੀ ਹਾਂ ਕੀ ਤੁਸ ਸਕਦੇ ਹੋ ਮੋਦੀ ਕੀ ਲੱਗਦਾ ਤੁਹੀ ਖਾਸ ਕੀ ਹੈ ਦੇਹੋ ਜੀ ਮੇਰੀ ਗੱਲ ਸੁਣੋ ਸਾਰੀ ਪੈਨਸ਼ਨ ਹੀ ਪਹਿਲੇ 200 ਰੁਪਿਆ ਵੜਾਪੇ ਤੇ ਉਹ ਬਜਰਾ ਸਿੱਧਾ ਕਰੀ ਬਠਾ 1000 ਰੁਪਿਆ ਉਹਨਾਂ ਐਂਡਿਕਰਾਸ ਵੀ ਯਾਰ ਕਰੀ ਤੇ ਦੂਗੇ ਵੀ ਯਾਰ ਕਰੀ ਤਾਂ ਇਹ ਤਾਂ ਉਹ ਦਿਖਣਾ ਮੌਜੂਦ ਹੈ ਜੇ ਤੇ ਫਾਇਦਾ ਹੋਵੇ ਠੀਕ ਹੈ ਨਹੀਂ ਤੇ ਪੈਨਸ਼ਨ ਸਾਰੀ 4-5 ਸਾਲ ਹੋ ਗਿਆ ਸਾਰੇ 200 ਕਿ ਕਿ ਬੰਦ ਆਏਗਾ ਤੇ ਉਹ ਉਹਨੇ ਮੂੜੀ ਵਧਾਈ ਹੈ ਤੇ ਆ ਯਾਰ ਉਹ ਬੋਲੇ ਆ ਉਹ ਬਾੜੀ ਆ ਕੀ ਪਤਾ ਹੂੰ ਥੋੜੀ ਜਨੀ ਥੋੜੀ ਚਲ ਜਾਤ ਲੱਭਣੀ ਲੱਭਣੀ ਨਾ ਲੇਕਿਨ ਲੋਕ ਬੜੇ ਸਾਰੇ ਇਹ ਵੀ ਆਖਦੇ ਕਿ ਸਾਨੂੰ 15-15 ਲੱਖ ਰੁਪਏ ਦਾ ਇੱਕ ਵਾਦਾ ਕੀਤਾ ਹਾ ਮੋਦੀ ਸਾਹਿਬ ਨੇ ਜਲੇ ਸਰ ਆਏ ਹੈ ਸਰਕਾਰ ਚ ਉਹ ਨਹੀਂ ਮਿਲੇ ਸਾਨੂੰ ਨਹੀਂ ਸਾਨੂੰ ਵਾਹੇ ਸਾਨੂੰ ਕੋਹਣਾ ਆਖਿਆ ਤੇ ਨਹੀਂ ਨਹੀਂ ਸਾਨੂੰ ਕੋਹਣਾ ਸੁਣਾਇਆ ਤੇ ਨਹੀਂ ਹੋਇਆ ਵੀ ਤੇ ਤੁਸੀਂ ਮਤਲਬ ਖੁਸ਼ ਹੋ ਮੋਦੀ ਹੁੰਦੇ ਕਹਿੰਦੇ ਤੁਸੀਂ ਚਾਹਦੇ ਹੋ ਫੇਰ ਆਈ ਯਾਰ ਮੇਰੀ ਗੱਲ ਸੁਣ ਮਾਰੇ ਅਸੀਂ ਤੇ ਆਖਦਾ ਬਈ ਜੀ ਆਹ ਮੈਂ ਮਜ਼ਦੂਰੀ ਕਰਾ ਸਾਨੂੰ ਮਜ਼ਦੂਰੀ ਕਰਨੇ ਪਾਉਣੀ ਆ ਬਿਆਨ ਹੀ ਫਿਰ ਸਾਢੇ 8:30 ਰੌਲ ਗੰਦਾ ਇਹ ਸਾਢੇ 8:00 ਪਪਰਾਂ ਮੈਂ ਤੇ ਦੁਆਈ ਆ ਗੋੜਾ ਮੋਦੀ ਆਈ ਆ ਕੰਮ ਕਰਕੇ ਦਿਖਾਗੇ ਜੇ ਉਸ ਤੋਂ ਹੁਣ ਬਾਹਰ ਆਏ ਤਾਂ ਦੋਲਪਤ ਕਰਾ ਦੇਣੀ ਬੈਠੀ ਤਰਖਾ ਕੋ ਹਣ ਨਹੀਂ ਦੇਣੀ ਠੀਕ ਹੈ ਨਹੀਂ ਤੁਸੀਂ ਦੱਸੋ ਤੁਸੀਂ ਕੀ ਲੱਗਦਾ ਕੈਲੀ ਤੁਸੀਂ ਮੋਦੀ ਹੁੰਦੇ ਪੱਖ ਚੋਂ ਜਾਂ ਔਰ ਕੋ ਹਾਲੇ ਮੋਦੀ ਮੋਦੀ ਜੀ ਮੋਦੀ ਤੁਸੀਂ ਕੈਲੀ ਅਖਦੇ ਹੋ ਮੋਦੀ ਕੀ ਕਰਨ ਤੂੰ ਦਾ ਕੇਰਾ ਸਰਕਾਰ ਨਹੀਂ ਠੀਕ ਹੈ ਜੀ ਸਨ ਉਹ ਬੀਬੀ ਵਾਲਾ ਦਾ ਆਟਾ ਦੁਆਮ ਲਿਆ ਦਾ ਫੇਰੇ ਮਾਇਨੇ ਬਾਲਣ ਲਕਿਏ ਮਾਇਨੇ ਆਦਨੇ ਨਹੀਂ ਗਿਆ ਸੋਨੇ ਤੋਂ ਆਏ ਸਭ ਕੁਝ ਕਰ ਬੇਵਾਸੇ ਕਰ ਲਿਆ ਉਹ ਸਾਨੂੰ ਕੀ ਚਾਹੀਦਾ ਮੌਦ ਤੋਹੀ ਲੱਗਦਾ ਕਿ ਸਾੜੇ ਦੇਸ਼ ਦੀ ਜਿਹੜੀ ਪ੍ਰਤਿਸ਼ਠਾ ਹੈ ਪ੍ਰਧਾਨ ਮੰਤਰੀ ਜਿਹੜੀ ਪ੍ਰਤਿਸ਼ਠਾ ਉਹ ਵਰਦੇ ਦਸ਼ਨ ਚ ਵੀ ਥੋੜੀ ਬਦੀ ਚ ਘਟੀ ਹੈ ਕੀ ਲੱਗਦਾ ਤੁਹਾਨੂੰ ਇਸ ਚੀਜ਼ ਦਾ ਨਹੀਂ ਸਾਨੂੰ ਪਤਾ ਲੱਗਦਾ ਉਹਦੇ ਬਾਰੇ ਤੋਹੀ ਕੀ ਲੱਗਦਾ ਤੁਹਾਨੂੰ ਇਸ ਬਾਰੇ ਚ ਕੁਝ ਅਖਦੇ ਹੋ ਤੁਸੀਂ ਨਾ ਬਾਬਾ ਇਹਨੂੰ ਸਾਰੇ ਮੁਲਕ ਕਰਨੇ 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 ਮੁਲਕ ਕਰਨੇ ਆਓ ਹੋਰ ਇਹ 12 ਬਜਾਰਾ ਠੀਕ ਹੈ ਨੀ ਸਾਰੇ ਮੁਲਕ ਕਰਨੇ ਲਾਇ ਲੈਨੇ ਉਹਨਾਂ ਲੇਕਿਨ ਕਿਸਾਨ ਖੁਸ਼ ਨੇ ਤੁੰਦੇ ਬੜੇ ਸਾਰੇ ਲੋਕ ਗ੍ਰਾਂਡ ਦੇ ਕਿਸਾਨ ਖੁਸ਼ ਕਿਸਾਨ ਤੇ ਭਈ ਅਜੇ ਤੇ ਇੰਜੇ ਕੰਮ ਉਹਨਾਂ ਨੇ ਆਖਿਆ ਕੋਈ ਨਵੀਂ ਨਵੀਂ ਯੋਜਨਾ ਚਲਾਈਏ ਕੋਈ ਵਿਕਾਸ ਜਿਹੜੇ 2000 2000 ਰੁਪਏ ਭਈ ਸਾਰੇ 9 ਨਾ ਅਨੀ ਮਿਆ ਫਪਰੇ ਦਾਸ ਮਾਰ ਲੇ ਜਗਾ ਅੱਛਾ ਮਿਆ ਫਰੇ ਨੀ ਅਜੇ ਕੋ ਨਹੀਂ ਸੋ ਯਾਰ ਨਹੀਂ ਮਿਲੇ ਪੈਸੇ ਨਹੀਂ ਮਿਲੇ ਕੋਈ ਕਦੇ ਕੋਈ ਪੁੱਛਿਆ ਪਹਿਲਾਂ ਸਾਨੂੰ ਪੈਸੇ ਨਹੀਂ ਮਿਲੇ ਕੋਈ ਕਦੇ ਤੁਸੀਂ ਕੋਈ ਪੁੱਛਿਆ ਸਾਨੂੰ ਇਹ ਕੋਹਨ ਪੁੱਛਿਆ ਤੁਹਾਨੂੰ ਇਹ ਕਹਿੰਦਾ ਹੈ ਕਿ ਪੁੱਛਿਆ ਕੋਈ ਹਾਂ ਹਾਂ ਇਧਰ ਇਧਰ ਪੁੱਛਿਆ ਹੈ ਕਈ ਲੋਕ ਆਖਦੇ ਜੀ ਥੋਈ ਇਹਦੇ ਕਈ ਆਦੇ ਨਹੀਂ ਥੋਈ ਇਹ ਪੂਰਾ ਨਹੀਂ ਹੋਇਆ ਪੂਰਾ ਕਲੀਅਰ ਨਹੀਂ ਹੋਇਆ ਹਾਂ ਚਲੋ ਉਦਾਇਕ ਕਾਰਨ ਦਰਸ਼ਕੋ ਵੀ ਹੈ ਕਿ ਕੁਝ ਲੋਕਾਂ ਦੀ ਜਿਹੜੀ ਆਦੂ ਪਹਿਲੇ ਮਤ ਗਨਨਾ ਕੋਈ ਹੋਈ ਦੀ ਜਮੀਨੀ ਤੌਰ ਉੱਪਰ ਉਹ ਕੁਝ ਲੋਕਾਂ ਆਖਦੇ ਕਿ ਨਾ ਨਹੀਂ ਵੀ ਆਦੇ ਆ ਉਹਦੇ ਕਾਰਨ ਵੀ ਕੁਝ ਲੋਕ ਰਹੀ ਹੈ ਨੇ ਠੀਕ ਹੈ ਤੇ ਸ਼ਾਇਦ ਤੁਹਾਨੂੰ ਵੀ ਅਗਲੇ ਦੌਰ ਚ ਤੁਹਾਨੂੰ ਵੀ ਵੈਸੇ ਮਿਲ ਜਾਣ ਉਹਦੇ ਇਲਾਵਾ ਕਿਸਾਨ ਜਿਹੜੇ ਅੱਗ ਲੱਗੀ ਆਦੀ ਹੈ ਬੜੀ ਸਾਰੀ ਫਸਲ ਦੇ ਨੁਕਸਾਨ ਹੋਈ ਆਦੇ ਤੇ ਨਿਊ ਨੇ ਗਲੋਂ ਥੋੜੇ ਇੱਥੇ ਬੜੀ ਅੱਗ ਲੱਗੀ ਸਾਥਾਂ ਥਾਂ ਲੱਗੀ ਹੈ ਮਾਈਪਾ ਕੋਈ ਮੈਂਟੇ ਸਮੇਂ ਕੋਈ ਮਰਨੇ ਦੇਈਓ ਨਾ ਆਖਾਈ ਤੇ ਆ ਗੋ ਮਰਦੀ ਆ ਕਿ ਭੇ ਦੇਨੇ ਚ ਨਹੀਂ ਦੇਣਾ ਠੀਕ ਹੈ ਨਾ ਇੱਧਰ ਅੱਗ ਬੜੀ ਇੱਧਰ ਕਾਨਕ ਮਾਰੀ ਕੋਈ ਇੱਧਰ ਫਿਰ ਕੋਈ ਇੱਧਰ ਕੋਈ ਪੰਜ ਸੱਤ ਪਿੰਡ ਫਿਰ ਕੋਈ ਹੈ ਤੇ ਦਰਸ਼ਕੋ ਜੋ ਵੀ ਹੈ ਅੱਜ ਬੜੇ ਸਾਰੇ ਲੋਕ ਜਿਹੜੇ ਉਹ ਮੋਦੀ ਜੀ ਹੋ ਰਹੀ ਇੱਕ ਵਾਰੀ ਫਿਰ ਪ੍ਰਧਾਨ ਮੰਤਰੀ ਦੇ ਰੂਪ ਚ ਦਿਖਣਾ ਚਾਹੁੰਦੇ ਨੇ ਕਿਉਂਕਿ ਸਿਆਣੇ ਬੰਦੇ ਨੇ ਪੂਰੀ ਪੂਰੀ ਉਮਰ ਦੇ ਐਕਸਪੀਰੀਅੰਸ ਨੰਦੇ ਇੰਦੀ ਇੱਕ رائے ਹੈ ਜਿਹੜੀ ਉਹ ਏ ਹੈ ਹਰ ਕਿਸੇ ਦੀ ਅਲੱਗ ਅਲੱਗ رائے ਹੁੰਦੀ ਹੈ ਲੇਕਿਨ ਇੰਦੀ ਇਹ ਹੀ رائے ਹੈ ਕਿ ਇੰਦੇ ਵਾਸਤੇ ਮੋਦੀ ਜੀ ਹੋਣੇ ਜੋ ਵੀ ਕੀਤਾ ਥੋੜਾ ਹੀ ਨਹੀਂ ਅੱਛਾ ਲੱਗਾ ਕੈਮਰਾ ਪਰਸਨ ਗੁਲਸ਼ਨਗਰ ਨੇ ਪੰਕਜ ਚੋਹਾਨ ਬਿਸ਼ਨਾਰ ਸ਼ੇਤਧਾਨ ਨੋਗਰਾਂਗਰਾ